ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਅੱਜ ਆਪਣੀ ਹਲਕਾ ਫੇਰੀ ਦੌਰਾਨ ਨਾਭਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਅੱਚਲ ਵਿਖੇ ਕੁੱਲ 30 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ, ਜਿਨ੍ਹਾਂ ਵਿੱਚ ਧਰਮਸ਼ਾਲਾ ਟੋਭੇ ਦੀ ਨਵੀਂ ਬਣੀ ਚਾਰ ਦੀਵਾਰੀ ਅਤੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਵਿੱਚ ਨਵੇਂ ਬਣੇ ਕਮਰਿਆਂ ਦਾ ਰਸਮੀ ਉਦਘਾਟਨ ਕੀਤਾ। ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਵੇਖਦਿਆਂ ਪਿੰਡ ਦੇ ਲੋਕਾਂ ਨੇ ਮੰਤਰੀ ਧਰਮਸੋਤ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਸਨਮਾਨਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਲਗਾਤਾਰ ਪਿੰਡਾਂ ਵਿੱਚ ਨੁਹਾਰ ਬਦਲਣ ਅਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਲਈ ਉਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਨ। ਤਕਰੀਬਨ 30 ਲੱਖ ਦੇ ਲਾਗਤ ਨਾਲ ਜਿਹੜੇ ਪ੍ਰੋਜੈਕਟ ਸੀਗੇ, ਭਾਵੇਂ ਉਹ SC ਧਰਮਸ਼ਾਲਾ ਸੀ, ਉਹ 'ਤੇ 8-10 ਲੱਖ ਰੁਪਏ ਲੱਗਿਆ। ਅਜੇ ਤਿਆਰੀ ਬਾਕੀ ਹੈ, 2 ਲੱਖ ਰੁਪਈਆ ਉਹਦੀ ਤਿਆਰੀ ਵਾਸਤੇ ਅੱਜ ਅਨਾਊਂਸ ਕੀਤਾ ਮੈਂ। ਔਰ ਇਹ ਦੇਖਿਆ ਤੁਸੀਂ ਜਿੱਥੇ ਆਪਾਂ ਖੜ੍ਹੇ ਹਾਂ, ਇਹ ਮੁਸਲਮਾਨ ਭਾਈਚਾਰੇ ਦੀ ਕਬਰਾਂ ਸੀਗੀਆਂ। ਇੱਥੇ ਤਕਰੀਬਨ 10 ਲੱਖ ਰੁਪਈਆ ਲੱਗਿਆ, ਸ਼ੈੱਡ ਪਿਆ, ਕਮਰਾ ਪਿਆ, ਇੰਟਰਲੋਕਿੰਗ ਜਿਹੜੀਆਂ ਜਿੱਥੇ ਪਾਥੀਆਂ ਪੂਥੀਆਂ ਚੱਕ ਕੇ ਸਾਰੀ ਇੰਟਰਲੋਕਿੰਗ ਲਾ ਕੇ ਸੜਕ ਬਣਾਈ ਹੈ, ਔਰ ਨਾਲ ਦੀ ਨਾਲ ਹੀ ਟੋਭੇ ਦੀ ਚਾਰ ਦੀਵਾਰੀ ਕੀਤੀ। 8-10 ਲੱਖ ਰੁਪਈਆ ਉੱਥੇ ਲੱਗਿਆ, 30 ਲੱਖ ਰੁਪਈਆ ਤਕਰੀਬਨ ਲੱਗਿਆ। ਜਨਰਲ ਸ਼ਮਸ਼ਾਨ ਘਾਟ ਹੈ, ਉੱਥੇ ਕਮਰਾ 10 ਲੱਖ ਰੁਪਈਆ ਉੱਥੇ ਲਾਇਆ। ਕਰਦੇ ਨਹੀਂ, 10 ਸਾਲ ਨਹੀਂ ਕੋਈ ਕੰਮ ਕੀਤਾ। ਕਿਸਾਨ ਵੀ ਤੰਗ ਹੋਇਆ, ਮਜ਼ਦੂਰ ਵੀ ਤੰਗ ਹੋਇਆ, 10 ਸਾਲ 'ਚ ਪੰਜਾਬ ਨੂੰ ਲੁੱਟਿਆ ਇਹਨਾਂ ਨੇ। ਅੱਜ ਜੇ ਬੀਬੀਆਂ ਭੈਣਾਂ ਦੀ ਕਿਰਾਇਆ ਅੱਧਾ ਕੀਤਾ ਇਹਨਾਂ ਨੂੰ ਔਖਾ ਲੱਗਿਆ, ਇਹਨਾਂ ਨੇ ਜਵਾਨੀ ਦਿੱਤੀ, ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ, ਅਤੇ ਇਹਨਾਂ ਨੂੰ ਔਖਾ ਲੱਗਦਾ ਹੈ। ਔਰ ਅਸੀਂ 600 ਕਰੋੜ ਰੁਪਈਆ ਹੁਣ ਜਿਹੜੇ ਪਿੰਡਾਂ 'ਚ ਕਿਸਾਨ ਮਜ਼ਦੂਰ ਉਹਨਾਂ ਦਾ ਕੀਤਾ, ਇਹ ਵੀ ਇਹਨਾਂ ਨੂੰ ਔਖਾ ਲੱਗਦਾ, ਕਿਉਂਕਿ ਆਪ ਇਹਨਾਂ ਡੱਕਾ ਤੋੜਿਆ ਨਹੀਂ ਹੈ। ਸੋ ਅਸੀਂ ਕੰਮ ਕਰ ਰਹੇ ਹਾਂ, ਔਰ ਨਵੀਆਂ ਨੌਕਰੀਆਂ ਦੇਣ ਵਾਸਤੇ 58 ਸਾਲ ਦਾ ਵੱਡਾ ਕਦਮ ਚੁੱਕਿਆ ਸਰਕਾਰ ਨੇ। ਉਹ ਜੇ ਅਗਰ 1 ਲੱਖ ਬੰਦਾ ਰਿਟਾਇਰ ਹੋਏਗਾ, 50,000 ਰਿਟਾਇਰ ਹੋਏਗਾ, ਤਾਂ 4 ਲੱਖ ਬੰਦਾ 3 ਲੱਖ ਬੰਦੇ ਰੱਖੇ ਜਾਣਗੇ। ਉਹ ਪੰਜਾਬ ਦੇ ਜਿਹੜੇ ਨੌਜਵਾਨ ਵਿਹਲੇ ਫਿਰਦੇ, ਉਹਨਾਂ ਨੂੰ ਨੌਕਰੀਆਂ ਦੇਣੀਆਂ ਨੇ ਅਸੀਂ। ਇਹ ਇਹਨਾਂ ਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਜੇ ਤਾਂ ਡਿਵੈਲਪਮੈਂਟ ਕਰਦੇ ਇਹ ਆਪ, ਫਿਰ ਤਾਂ ਇਹਨਾਂ ਨੂੰ ਚੰਗਾ ਲੱਗਦਾ। ਇਹਨਾਂ ਨੇ ਡਿਵੈਲਪਮੈਂਟ ਕੀਤੀ ਨਹੀਂ, ਪੰਜਾਬ ਨੂੰ ਲੁੱਟਿਆ। ਇਹ ਸੋਚਦੇ ਨੇ ਵੀ ਇਹ ਡਿਵੈਲਪਮੈਂਟ ਹੋ ਕਿਉਂ ਰਹੀ ਹੈ। ਅੱਜ ਪਿੰਡਾਂ 'ਚ ਸ਼ਹਿਰਾਂ 'ਚ ਧੜਾਧੜ ਡਿਵੈਲਪਮੈਂਟ ਚੱਲ ਰਹੀ ਹੈ, ਔਰ ਸਰਕਾਰ ਨੌਕਰੀਆਂ ਕੱਢ ਰਹੀ ਹੈ। ਆ ਪਟਵਾਰੀਆਂ ਦੀਆਂ ਨੌਕਰੀਆਂ ਕੱਢੀਆਂ ਨੇ 1100, ਡਾਕਟਰਾਂ ਦੀਆਂ ਨੌਕਰੀਆਂ ਕੱਢੀਆਂ ਨੇ, ਮਾਸਟਰ ਸਾਹਿਬਾਨ ਨੂੰ 14,000 ਦੀਆਂ ਨੌਕਰੀਆਂ ਕੱਢੀਆਂ ਨੇ। ਇਹ ਇੱਦਾਂ ਲੱਖਾਂ ਲੋਕ ਨੂੰ ਅਸੀਂ ਰੁਜ਼ਗਾਰ ਦੇਣਾ। ਅਸੀਂ ਤਾਂ ਕੰਮ ਕਰਦੇ ਹਾਂ, ਇਹ ਨਾਰੇ ਲਾਉਂਦੇ ਨੇ ਅਤੇ ਇਹਨਾਂ ਦਾ ਕੰਮ ਹੀ ਨਾਰੇ ਹੈ। ਵਾਦਨਾ ਜੀ, ਲਾਈ ਇਹ ਪਾਇਆ, ਸੈੱਡ ਪਾਇਆ, ਕਮਰਾ ਪਾਇਆ ਜੀ, ਚਾਰ ਦੀਵਾਰੀ ਕਰੀ, ਇੱਕ ਜਨਰਲ ਬੜੀਆਂ 'ਚ ਕਮਰਾ ਵੀ ਪਾਇਆ, ਸੈੱਡ ਵੀ ਪਾਇਆ, ਅਤੇ ਇੱਕ ਸਮਝ ਲਓ ਬਾਜੀਗਰ ਬਸਤੀ 'ਚ ਹਰੀਜਨਾਂ ਦੀ ਤਾਈ ਬਾਈ। ਮਾਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ, ਅਤੇ ਗਾਂਹ ਬਾਰੇ ਤੁਹਾਨੂੰ ਹੋਰ ਪੈਸੇ ਦੇਣਾ। ਬਹੁਤ ਜ਼ਿਆਦਾ ਫਰਕ ਹੈ ਜੀ, ਪਿਛਲੀ ਸਰਕਾਰ ਦਾ ਕੁਛ ਵੀ ਨਹੀਂ ਕੀਤਾ ਸਾਡੇ ਪਿੰਡ, ਇੱਕ ਵੀ ਇੱਟ ਲੱਗੀ ਦਿਖਾਓ ਜੀ, ਮੰਤਰੀ ਸਾਹਿਬ ਦੀ ਬਹੁਤ ਇੱਕ ਵੀ ਇਹਨਾਂ ਮੰਤਰੀ ਸਾਹਿਬ ਦੀ ਮਦਦ ਨਾਲ ਸਭ ਕੁਛ ਹੋਇਆ। ਸਾਡੇ ਪਿੰਡ ਅੱਚਲ ਵਿਖੇ ਆ ਕੇ ਜੋ ਵਿਕਾਸ ਦੇ ਕੰਮ ਕੀਤੇ ਸੀ, ਉਹਨਾਂ ਦੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ। ਅਸੀਂ ਸਾਰੇ ਨਗਰ ਵੱਲੋਂ ਪਿੰਡ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 2 ਸਾਡੀਆਂ ਮੰਗਾਂ ਸੀ ਜ਼ਰੂਰੀ, ਇੱਕ ਅਨਾਜ ਮੰਡੀ ਦਾ ਸਾਡਾ ਫੜ ਕੱਚਾ ਪੱਕਾ ਘੱਟਾ ਹੈ, 3-4 ਪਿੰਡਾਂ ਦੀ ਫਸਲ ਆਉਂਦੀ ਹੈ, ਉਦੋਂ ਸਾਨੂੰ ਪਰੇਸ਼ਾਨੀ ਹੁੰਦੀ ਹੈ, ਉਹ ਅਸੀਂ ਬੇਨਤੀ ਕੀਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਪੱਕਾ ਕਰਾਓ। ਇੱਕ ਸਾਡੀ ਸੜਕ ਹੈ ਜਿਹੜਾ ਟੋਟਾ 2 ਕਿਲੋਮੀਟਰ ਤੋਂ ਘੱਟ ਹੈ,
ਪਿੰਡ ਅੱਚਲ ਤੋਂ ਚੱਠਿਆਂ ਤੱਕ ਜਾਂਦਾ ਹੈ ਉਹਦੀ ਵੀ ਬੇਨਤੀ ਕੀਤੀ ਹੈ ਕਿ ਉਹ ਸਾਡਾ ਬਹੁਤ ਰਕਬਾ ਜਿਹੜਾ ਪਰਲੇ ਭਾਰ ਹੈ ਚੋਏ ਤੋਂ ਉਹਦੀ ਪਰੇਸ਼ਾਨੀਆਂ ਸਾਨੂੰ ਨਾਲੇ 3-4 ਪਿੰਡਾਂ ਨਾਲ ਜੋੜਦਾ। ਅਸੀਂ ਮਲੇਰਕੋਟਲਾ ਨਾਭਾ ਬਾਈ ਵੱਡੇ ਰੋਡ ਨਾਲ ਜੁੜ ਜਾਵਾਂਗੇ। ਰੋਡ ਬਣਨ ਨਾਲ ਸਾਨੂੰ ਬਹੁਤ ਇਹਦੀ ਇਲਾਕੇ ਨੂੰ ਇਹਦਾ ਬਹੁਤ ਫਾਇਦਾ ਹੋਊਗਾ। ਇਹ ਦੋਵੇਂ ਮੰਗਾਂ ਸਾਡੀਆਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜ਼ਰੂਰ ਪ੍ਰਵਾਨ ਕਰੋ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।